Happy New Year Day. Day da asin kehne aan din. Din de naal raat baddi hoyi hai. E dove ikatthe ne. ਬਾਣੀ ਵਿੱਚ ਵੀ ਆਉਂਦਾ ਨਾਮ ਜਪੋ ਦਿਨ ਰਾਤ ਦਿਨ ਤੇ ਰਾਤ ਦਿਨ ਤੇ ਰਾਤ ਕਰਤੇ ਨੇ ਬਣਾਈਆਂ ਇਹ ਜਦੋਂ ਸ੍ਰਿਸ਼ਟੀ ਸਾਜੀ ਨਾ ਸੱਚੇ ਪਾਤਸ਼ਾਹ ਨੇ ਪਹਿਲਾਂ ਸੁੰਨ ਸੀ ਕੁਛ ਵੀ ਨਹੀਂ ਸੀ ਨਥਿੰਗ ਜਦੋਂ ਸ੍ਰਿਸ਼ਟੀ ਸਾਜੀ ਤੇ ਚੰਦ ਸੂਰਜ ਧਰਤੀਆਂ ਵਿੱਚ ਆਪਾਂ ਸਭ ਕੁਛ ਸਾਜ ਦਿੱਤਾ ਟਾਈਮ ਟਾਈਮ ਦੇ ਨਾਲ ਤੇਰੇ ਵੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਪਹਿਲਾਂ ਸੁੰਨ ਫਿਰ ਗੈਸਾਂ ਫਿਰ ਪਾਣੀ ਫਿਰ ਜੀਵ ਜੰਤ ਧਰਤੀ ਸਭ ਚੀਜ਼ਾਂ ਬਣ ਗਈਆਂ ਸੂਰਜ ਤੇ ਚੰਦ ਇਹ ਦਿਨ ਤੇ ਰਾਤ ਬਣਾਉਂਦੇ ਨੇ ਤੇ ਕੰਮ ਚੱਲਦਾ ਹੀ ਰਹਿੰਦਾ ਧਰਤੀਆਂ ਵੀ ਫਿਰਦੀਆਂ ਨੇ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਅਕਾਲ ਪੁਰਖ ਨੇ ਆਪ ਆਪਣਾ ਸਿਮਰਨ ਕੀਤਾ ਬਸ ਉਸ ਸਿਮਰਨ ਦੀ ਸ਼ਕਤੀ ਨਾਲ ਇਹ ਸ੍ਰਿਸ਼ਟੀ ਪੈਦਾ ਕੀਤੀ ਤੇ ਸਿਮਰਨ ਦੀ ਸ਼ਕਤੀ ਨਾਲ ਇਹ ਸਾਰੇ ਸਿਸਟਮ ਜੋ ਹਨ ਦੁਨੀਆਂ ਦੇ ਉਹ ਸਾਰੇ ਚੱਲ ਰਹੇ ਇਹਦੇ ਵਿੱਚ ਦਿਨ ਤੇ ਰਾਤ ਪਲ ਘੜੀਆਂ ਸਮਾਂ ਇਹ ਬੀਤਦਾ ਹੈ ਆਪਾਂ ਘੜੀਆਂ ਗੁੱਟਾਂ ਨਾਲ ਬੰਨੀਆਂ ਹੋਈਆਂ ਗੁਰਦੁਆਰੇ ਵਿੱਚ ਵੀ ਸਾਰੀ ਥਾਂ ਘੜੀਆਂ ਲੱਗੀਆਂ ਹੁੰਦੀਆਂ ਟੀਵੀ ਤੇ ਕਈ ਹੋਰ ਥਾਂ ਥਾਂ ਕਾਰਾਂ ਵਿੱਚ ਸਭ ਥਾਂ ਟਿਕ ਟਿਕ ਘੜੀ ਦੀ ਚੱਲਦੀ ਹੈ ਪਰ ਉਹ ਇਹ ਦੱਸਦੀ ਹੈ ਕਿ ਸਮਾਂ ਬੀਤਦਾ ਜਾ ਰਿਹਾ ਹੈ ਕਿ ਇਸਦਾ ਅਸੀਂ ਕਦੇ ਇਸ ਨੂੰ ਗਹਿਰਾਈ ਵਿੱਚ ਵੀ ਸੋਚਿਆ ਕਿ ਸਾਡੇ ਨਾਲ ਇਸਦਾ ਕੀ ਤਲਕ ਹੈ ਅਸੀਂ ਬੱਚੇ ਸਾਂ ਦੁੱਧ ਚੁੰਘਿਆ ਥੋੜੇ ਜਿਹੇ ਵੱਡੇ ਹੋ ਗਏ ਖੇਡਣ ਲੱਗ ਗਏ ਸਕੂਲਾਂ ਚਲੇ ਗਏ ਕਾਲਜਾਂ ਚਲੇ ਗਏ ਹੁਣ ਅਮਰੀਕਾ ਦੇ ਕੈਨੇਡੇ ਵਿੱਚ ਆ ਕੇ ਬੈਠੇ ਹੋਏ ਹਾਂ ਵੀ ਹੈਵ ਗਰੋਨ ਬਾਈ ਸੈਕਿੰਡਸ ਮਿੰਟਸ ਆਵਰਸ ਡੇਸ ਐਂਡ ਈਅਰਸ ਇਹ ਕਿੰਨੇ ਹੀ ਈਅਰ ਆਏ ਕਈਆਂ ਘਰਾਂ ਵਿੱਚ ਸਾਡੇ ਜਨਮ ਦਿਨ ਮਨਾਏ ਤੇ ਕਈਆਂ ਘਰਾਂ ਵਿੱਚ ਜਿੱਥੋਂ ਵਿਛੜ ਗਏ ਕੋਈ ਉਹਨਾਂ ਦੇ ਭੋਗ ਪਾ ਕੇ ਅਸੀਂ ਉਹਨਾਂ ਦੇ ਹੁਣ ਮੈਂ ਕੀ ਆਖਾਂ ਕਿਹੜੇ ਦਿਨ ਮਨਾਏ ਉਹਨਾਂ ਦੇ ਯਾਦ ਰਿਮੈਂਬਰੈਂਸ ਕਰਨ ਵਾਸਤੇ ਦਿਨ ਮਨਾਏ ਦਿਨ ਮਨਾਉਣ ਵਾਸਤੇ ਅੱਜ ਫੇਰ ਆਪਾਂ ਇਕੱਠੇ ਹੋ ਗਏ ਹਾਂ ਅੱਜ 2009 ਮੁੱਕ ਜਾਣਾ ਹੋਰ ਘੜੀ ਨੂੰ ਤੇ 10 ਚੜ ਪੈਣਾ ਤੇ ਸਾਰਿਆਂ ਨੂੰ ਇਹ ਗੱਲ ਦਾ ਖਿਆਲ ਆਇਆ ਅਖਬਾਰਾਂ ਵਿੱਚ ਕੀ ਟੀਵੀ ਵਿੱਚ ਕੀ ਰੌਲਾ ਪਿਆ ਆ ਤੇ 2010 ਨਵਾਂ ਸਾਲ ਨਵਾਂ ਸਾਲ ਨਵਾਂ ਸਾਲ ਆਉਣਾ ਤੇ ਕੀ ਨਵੇਂ ਸਾਲ ਆਉਣ ਵਿੱਚ ਆਪਾਂ ਪੁਰਾਣੇ ਹੀ ਬਣੇ ਰਹਿਣਾ ਕਿ ਨਵੇਂ ਬਣਨ ਦੀ ਕੋਈ ਕੋਸ਼ਿਸ਼ ਕਰਨੀ ਹੈ ਦਸ ਅੱਜ ਜਿਸ ਵੇਲੇ ਤਾਂ ਇੱਥੇ ਗੁਰਦੁਆਰੇ ਆਇਆ ਨਾ ਭਾਈ ਸਾਹਿਬ ਇਕੱਲੇ ਹੀ ਸ਼ਬਦ ਪੜ੍ਹ ਰਹੇ ਸੀ ਉਹ ਮਸ਼ੀਨ ਵਿੱਚ ਜੋੜੀ ਵੱਜੀ ਜਾਂਦੀ ਸੀ ਤੇ ਬੜੇ ਪ੍ਰੇਮ ਨਾਲ ਉਹ ਸ਼ਬਦ ਪੜ੍ਹਦੇ ਸੀ ਤੇ ਜੋ ਕੁਛ ਮੈਂ ਉਹਨਾਂ ਤੋਂ ਲੈ ਕੇ ਹੁਣ ਤੱਕ ਸਾਰੇ ਸੁਣੇ ਸ਼ਬਦ ਤੁਸੀਂ ਕੁਛ ਬੰਦੇ ਹੁਣ ਆਏ ਹੋ ਕੁਛ ਚਲੇ ਗਏ ਵਿੱਚੋਂ ਪਰ ਮੈਂ ਉਹਦਾ ਖੁਲਾਸਾ ਜਿਹਾ ਕਰਨਾ ਚਾਹੁੰਦਾ ਹਾਂ ਕਿ ਆਪਾਂ ਕਿਉਂਕਿ ਮਨਾਉਣ ਆਏ ਹਾਂ ਦਿਨ ਤੇ ਸਾਰੇ ਅੱਜ ਸ਼ਬਦ ਜਿੰਨੇ ਵੀ ਆਏ ਨੇ
ਉਹ ਦਿਨ ਮਨਾਉਣ ਵਾਸਤੇ ਸਾਨੂੰ ਕੁਛ ਦੱਸਣ ਵਾਸਤੇ ਆਏ ਨੇ। ਦੇਖੋ ਭਾਈ, ਬੰਦੇ ਦੀਆਂ ਤਿੰਨ ਹਾਲਾਤ ਹਨ। ਇੱਕ ਤਾਂ ਹੈ ਮੂਵ ਕਰ ਰਿਹਾ ਪ੍ਰੋਗਰੈਸ ਚੜ੍ਹਦੀ ਕਲਾ ਚ, ਇੱਕ ਹੈ ਉਹ ਖੜੇ ਸਟੈਗਨੈਂਸੀ, ਨਾ ਉਹ ਗਾਂਹ ਜਾਂਦਾ ਨਾ ਪਿਛਾ ਜਾਂਦਾ, ਰੁਟੀਨ ਜਿਹੀ ਵਿੱਚ ਬੱਝਾ ਹੋਇਆ ਉੱਥੇ ਹੀ ਖੜੇ। ਉਹ ਜਿਸ ਤਰ੍ਹਾਂ ਕਾਰ ਨੂੰ ਚੱਕ ਦਿਓ ਨਾ ਪਹੀਏ, ਤੇ ਫਿਰ ਜਿੰਨਾ ਮਰਜ਼ੀ ਪੈਟਰੋਲ ਫੂਕੀ ਜਾਓ ਤੇ ਪਹੀਏ ਘੁੰਮੀ ਜਾਣਗੇ ਕਟਰਾ, ਨਾ ਕਾਰ ਗਾਹ ਜਾਂਦੀ ਨਾ ਪਿਛਾ ਜਾਂਦੀ ਆ, ਕਿਉਂ ਥੱਲੇ ਜੈਕ ਲੱਗੇ ਹੋਏ ਨੇ, ਉਹ ਸਟੈਗਨੈਂਟ ਆ। ਤੇ ਤੀਸਰੀ ਹੈ ਜੇ ਪਾਰਕ ਵਿੱਚ ਨਹੀਂ ਨਾ ਪਾਈ ਕਾਰ ਤੇ ਥਾਂ ਨੂੰ ਪਿਛੇ ਬਣੇ ਨੂੰ ਉਹਨੇ ਰੁੜ ਜਾਣਾ, ਉਸ ਨੂੰ ਅਸੀਂ ਢੇਂਦੀ ਕਲਾ ਕਹਿੰਦੇ ਹਾਂ। ਤੇ ਬੰਦੇ ਦੀਆਂ ਤਿੰਨ ਹਾਲਤਾਂ ਨੇ, ਕੋਈ ਬੰਦਾ ਲੈ ਲਓ ਵਿੱਚੇ ਮੈਂ, ਇਹਨਾਂ ਤਿੰਨਾਂ ਚੋਂ ਕਿਸੇ ਨਾ ਕਿਸੇ ਹਾਲਤ ਵਿੱਚ ਆ। ਤੇ ਅੱਜ ਅਸੀਂ ਇਹ ਸੁਣਨਾ ਦੇਖਣਾ, ਸਾਨੂੰ ਸੱਚੇ ਪਾਤਸ਼ਾਹ ਨੇ ਸ਼ਕਤੀ ਦਿੱਤੀ ਇੰਨੀ ਨਹੀਂ ਸੋਚਣ ਦੀ, ਵੀ ਆਰ ਯੂ ਪ੍ਰੋਗਰੈਸਿੰਗ, ਆਰ ਯੂ ਸਟੈਗਨੈਂਟ, ਆਰ ਯੂ ਆਰ ਗੋਇੰਗ ਡਾਊਨ। ਫਿਰ ਜੇ ਆਪਣੀ ਇੰਨੀ ਕੁ ਵੈਲੂਏਸ਼ਨ ਜੇ ਅਸੀਂ ਕਰ ਸਕੀਏ, ਇਹ ਸਾਡੀ ਤਾਕਤ ਵਿੱਚ ਹੈ, ਸਾਨੂੰ ਇਤਨੀ ਸੋਝੀ ਪਰਮਾਤਮਾ ਨੇ ਬਖਸ਼ੀ ਹੈ। ਜੇ ਇਤਨਾ ਅਸੀਂ ਜਾਣ ਸਕੀਏ ਆਪਣੇ ਆਪ ਬਾਰੇ, ਤੇ ਨੈਕਸਟ ਸਟੈਪ ਇਹ ਹੈ ਸਾਡੀ ਸੋਚ ਦਾ, ਜਿਸ ਕਰਕੇ ਆਪਾਂ ਆਏ ਇੱਥੇ ਬੈਠੇ ਹਾਂ, ਕਿ ਸਾਨੂੰ ਚੜ੍ਹਦੀ ਕਲਾ ਦਾ ਕੋਈ ਗੱਲਬਾਤ ਕੋਈ ਵਿਚਾਰਨ ਦੀ ਲੋੜ ਹੈ ਕਿ ਨਹੀਂ। ਮੇਰਾ ਖਿਆਲ ਆ ਆਪਾਂ ਅਣਜਾਣੇ ਆ ਕੇ ਫਸ ਗਏ ਅੱਜ, ਤੇ ਗੱਲਾਂ ਮੈਂ ਜਿਹੜੀਆਂ ਕਰਨ ਲੱਗਾ ਆਪਾਂ ਫਸੇ ਹੋਏ ਸੁਣਨਗੇ, ਪਰ ਪਤਾ ਨਹੀਂ ਉਹਨਾਂ ਚੋਂ ਕਿੰਨਿਆਂ ਨੂੰ ਉਹ ਚੰਗੀਆਂ ਲੱਗਣੀਆਂ ਨੇ ਜਾਂ ਨਹੀਂ ਲੱਗਣੀਆਂ। ਪਰ ਗੁਰੂ ਕੀ ਬਾਣੀ ਅੱਜ ਕਹਿ ਰਹੀ, ਆਉਂਦਿਆਂ ਹੀ ਮੈਨੂੰ ਮੇਰੇ ਕੰਨਾਂ ਵਿੱਚ ਇਹ ਚਬਲ ਪਿਆ, ਰਾਮ ਰਾਮ ਬੋਲ ਬੋਲ ਖੋਜਤੇ ਵਡਭਾਗੀ। ਹੁਣ ਇਹ ਇੱਕ ਤੁਕ ਹੈ, ਇਹਦੇ ਵਿੱਚ ਰਾਮ ਬੋਲਣ ਵਾਲੇ ਹੈ, ਪਰ ਸਟ੍ਰੈਸ ਇਸ ਵਾਸਤੇ ਹੈ ਵੀ ਨਿਰਾ ਹੀ ਬੋਲਣਾ ਨਹੀਂ, ਖੋਜਤੇ ਕੀ ਖੋਜਦੇ ਵੀ ਹਾਂ, ਉਹ ਵੱਡੀਆਂ ਭਾਗਾਂ ਵਾਲੇ ਨੇ, ਉਹ ਪ੍ਰੋਗਰੈਸ ਕਰਨ ਵਾਲੇ ਨੇ ਜਿਹੜੇ ਕਿ ਇਵੈਲਿਊਏਟ ਕਰਦੇ ਨਾਲ ਦੀ ਨਾਲ ਆਪਣੇ ਆਪ ਨੂੰ। ਦੂਸਰਾ ਸ਼ਬਦ ਉਹਨਾਂ ਨੇ ਇਹ ਪੜ੍ਹ ਦਿੱਤਾ ਕਿ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲੈ ਜਾਏ। ਇਹ ਕੈਸੇ ਹੁਕਮ ਅੱਜ ਸੱਚੇ ਪਾਤਸ਼ਾਹ ਭੇਜ ਰਹੇ ਨੇ। ਇਹ ਬੱਚੇ ਨੇ ਸ਼ਬਦ ਪੜਿਆ, ਜੀਵਨਾ ਸਫਲ ਜੀਵਨ ਸੁਣ ਹਰ ਜਪ ਜਪ ਸਦ ਜੀਵਨਾ, ਇੱਕ ਸਫਲ ਜੀਵਨ ਹੈ ਉਹ ਦੱਸਿਆ ਕਿ ਹਰ ਜਪ ਜਪ ਸਦ ਜੀਵਨਾ। ਬੱਚੀ ਨੇ ਸ਼ਬਦ ਪੜਿਆ, ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਏ ਹੋਈ, ਸੱਚੇ ਪਾਤਸ਼ਾਹ ਸਾਡੇ ਤੇ ਵੀ ਤਰਸ ਕਰਦੇ, ਤੂੰ ਸਮਰੱਥ ਸਤਿਗੁਰੂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਸਾਰੀ ਇਕੱਠੀ ਕਰਕੇ ਸ਼ਬਦ ਗੁਰੂ ਦਾ ਬਣਾਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਪੰਥ ਨੂੰ ਇਸ ਦੇ ਲੜ ਲਾਇਆ, ਸਾਨੂੰ ਇਸ ਬਾਣੀ ਵਿੱਚੋਂ ਅੰਮ੍ਰਿਤ ਬਣਾ ਕੇ ਤੇ ਅੰਮ੍ਰਿਤ ਛਕਾਇਆ, ਤੇ ਉਸ ਗੁਰੂ ਕੀ ਹਜ਼ੂਰੀ ਵਿੱਚ ਅੱਜ ਆਪਾਂ ਚਾਹੇ ਭੁੱਲ ਭੁਲੇਖੇ ਕਹਿ ਲਓ ਤੇ ਚਾਹੇ ਭਾਈ ਕਿਸੇ ਤਰੀਕੇ ਨਾਲ ਕਹਿ ਲਓ, ਆ ਕੇ ਅੱਜ ਬਹਿ ਗਏ ਹਾਂ। ਤੇ ਉਹ ਬੱਚੀ ਦਾ ਸ਼ਬਦ ਇਹ ਕਹਿੰਦੀ ਵੀ ਮੇਰੇ ਚ ਦੇ ਗੁਣ ਕੋਈ ਨਹੀਂ, ਆਪੇ ਤਰਸ ਪਏ ਹੋਈ, ਤੈਨੂੰ ਤਰਸ ਆ ਗਿਆ ਹੇ ਮੇਰੇ ਸੱਚੇ ਪਾਤਸ਼ਾਹ। ਸਤਿਗੁਰ ਸੱਜਣ ਮਿਲਿਆ, ਐਸਾ ਸਤਿਗੁਰੂ ਸੱਜਣ ਸਾਨੂੰ ਮਿਲ ਗਿਆ। ਇਸ ਸਤਿਗੁਰੂ ਦੀ ਕੁਆਲੀਫਿਕੇਸ਼ਨ ਬੇਅੰਤ,